11 ਭੈਣਾਂ ਅਤੇ ਇੱਕ ਸੁਪਨਾ ਉਹ ਰਾਤ ਹੈ ਕਰਨਾ ਜੋ ਕਾਲਜ ਤੱਕ ਜਾਂਦਾ ਹੈ ਇੱਕੋ ਹੀ ਪਰਿਵਾਰ ਦੀਆਂ 11 ਕੁੜੀਆਂ ਜਿਸ ਪਰਿਵਾਰ ਨੂੰ ਅਜੇ ਵੀ ਪੁੱਤਰ ਦੀ ਉਡੀਕ ਹੈ ਉਸ ਪਿੰਡ ਦੀਆਂ ਕੁੜੀਆਂ ਜਿੱਥੇ ਆਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਕੁੜੀ ਨੂੰ ਕਾਲਜ ਜਾਣ ਨਹੀਂ ਦਿੱਤਾ ਗਿਆ ਪਾਪਾ ਨੇ ਨਾ ਬਿਲਕੁਲ ਮਨਾ ਕਰ ਦਿੱਤੀ ਔਰ ਮੇਰੀ ਪੜੋਸ ਕੀ ਦਾਦੀ ਥੀ ਉਹ ਬੁਲਾ ਕੇ ਨੂੰ ਕਹਾਇਆ ਕਿ ਭਈਆ ਲੋਂਡੀ ਤਾਂ ਬਹੁਤ ਬੋਲਣ ਲੱਗੀ ਆ ਕਿ ਭਈ ਮਤਲਬ ਪੜਨੇ ਕੇ ਮਾਰੇ ਕਿ ਪੜ ਆ ਕਿ ਮੈਂ ਤਾਂ ਪੜੂੰਗੀ ਪੜੂੰਗੀ ਪਤਾ ਕੀ ਕਰੇ ਗਿਆ ਪੜਕਾ ਮੈਂ ਬੋਲੀ ਮੈਂ ਕਹਾਂ ਜੋ ਮੈਂ ਗਲਤ ਚਲਤੀ ਹੂੰ ਤਾਂ ਆਪ ਮੇਰੇ ਨਾੜ ਕੱਟ ਦਿਓ ਹਰਿਆਣਾ ਦੇ ਇਸ ਦੂਰ ਦੁਰਾਡੇ ਦੇ ਪਿੰਡ ਤੋਂ ਲਗਭਗ 30 ਕਿਲੋਮੀਟਰ ਦੂਰ ਕਾਲਜ ਲਈ ਕੋਈ ਬੱਸ ਨਹੀਂ ਹੈ ਸੋਚੋ ਜੇ ਬੱਸ ਨਹੀਂ ਹੈ ਤਾਂ ਸਿੱਖਿਆ ਵੀ ਨਹੀਂ ਹੈ ਕਿਉਂਕਿ ਕੁੜੀਆਂ ਉੱਤੇ ਪਰਿਵਾਰ ਦੀ ਇੱਜ਼ਤ ਦਾ ਬੋਝ ਹੈ ਅਤੇ ਸੜਕ ਉੱਤੇ ਛੇੜਛਾੜ ਕਰਦੇ ਮੁੰਡਿਆਂ ਦਾ ਡਰ। ਯਾ ਜੋ ਪੂਲ ਕਾ ਕੋਨਾ ਹੈ ਨਾ, ਯਹਾਂ ਬਹੁਤ ਗੜਬੜ ਹੁੰਦੀ ਸੀ, ਯਹਾਂ ਬਹੁਤ ਛੇੜਛਾੜ ਹੁੰਦੀ ਸੀ ਲੜਕੀਆਂ ਦੇ ਸਾਥ। ਉਹ ਲੜਕੀਆਂ ਕੋ ਕਮੈਂਟ ਮਾਰਦੇ ਤੇ ਗੰਦੇ ਗੰਦੇ ਕੋਬਡ ਬੋਲਦੇ ਤੇ ਔਰ ਕਦੀ ਲੜਕੀਆਂ ਕਾ ਪ੍ਰਿੰਟ ਇੰਟੇ ਫੇਕਦੀ, ਕਿਚੜ ਫੇਕਦੀ ਆ ਲੜਕੀਆਂ ਕੇ ਉੱਪਰ। ਆਪਣੇ ਘਰ ਵਿੱਚ 11 ਭੈਣਾਂ ਵਿੱਚੋਂ ਸਭ ਤੋਂ ਵੱਡੀ ਨੈਨਾ ਨੇ ਇਹ ਫੈਸਲਾ ਕਰ ਲਿਆ ਸੀ ਕਿ ਕਾਲਜ ਦਾ ਰਾ ਆਪਣੇ ਲਈ ਤਾਂ ਖੋਲਣਗੇ ਹੀ। ਸਗੋਂ ਆਪਣੀਆਂ ਭੈਣਾਂ ਅਤੇ ਪਿੰਡ ਦੀਆਂ ਬਾਕੀ ਕੁੜੀਆਂ ਲਈ ਵੀ ਰੱਬ ਬਣਾਉਣਗੇ ਸਾਰੀਆਂ ਕੁੜੀਆਂ ਨੇ ਮਿਲ ਕੇ ਮੀਟਿੰਗ ਸੱਦੀ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖੀ ਕੁੜੀਆਂ ਦੇ ਬੁਲੰਦ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਇਹਨਾਂ ਦੀ ಗ್ರಾಮ ਪੰਚਾਇਤ ਵਿੱਚ ਆਉਣ ਵਾਲੇ ਚਾਰੇ ਪਿੰਡਾਂ ਦੀਆਂ 15 ਕੁੜੀਆਂ ਬਸ ਰਹੀਂ ਕਾਲਜ ਜਾ ਰਹੀਆਂ ਨੇ ਨੈਣਾ ਨੂੰ ਹਿੰਮਤ ਦੇਣ ਵਾਲੇ ਨਾਲ ਹੀ ਦੇ ਪਿੰਡ ਗੜੀ ਖਜੂਰ ਦੀ ਜੋਤੀ ਦਾ ਆਪਣਾ ਸੰਘਰਸ਼ ਰਿਹਾ ਕਿਉਂਕਿ ਉਹ ਦਲਿਤ ਨੇ ਤੁਮ ਇੱਕ ਵਾਰ ਅਰਮਿਸ਼ਨ ਲੈ ਲਓ 70% ਤੋਂ वहाँ पे मेरे जर्नल कास्ट के लोग रहते हैं तो वो अपनी बेटियों को और खासकर किसी ऐसी चौपाल में भेजना और ऐसी की लड़की हरिजन की लड़की चमारों की लड़की अगर कोई पढ़ा रही है तो वो क्यों भेजेंगे वो नहीं भेजते थे कास्ट को देख के भी तो काफ़ी लड़के आ जाते थे ड्रिंक करके राजपूतों के और मेरे साथ काफ़ी बदतमीजी करते थे कि तू ज़्यादा मैडम बन रही है हम नहीं भेजेंगे अपनी लड़कियों को ਪਰ ਇਹਨਾਂ ਚੁਣੌਤੀਆਂ ਦੇ ਬਾਵਜੂਦ ਜੋਤੀ ਨੇ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਦੀ ਹੀ ਕੋਸ਼ਿਸ਼ ਦਾ ਇਹ ਨਤੀਜਾ ਹੈ ਕਿ ਕਰਨਾਲ ਜ਼ਿਲ੍ਹੇ ਦੇ 8 ਪਿੰਡਾਂ ਵਿੱਚ ਕੁੜੀਆਂ ਦੀ ਉੱਚ ਸਿੱਖਿਆ ਦੀ ਗੱਲ ਘਰ-ਘਰ ਵਿੱਚ ਹੋ ਰਹੀ ਹੈ ਮੇਰੀ ਸਿੱਖਿਆ ਨੇ ਮੈਨੂੰ ਸਮਾਜ ਦਿਖਾਇਆ ਮੈਂ ਸੋਸਾਇਟੀ ਕੋ ਦੇਖ ਪਾਈ ਮੈਂ ਬਾਹਰ ਦੂਰ ਦੂਰ ਕੇ ਗਾਉਂ ਮੇ ਆ ਪਾਈ ਨਹੀਂ ਪੜਦੀ ਤਾਂ ਮੈਂ ਘਰ ਪੇ ਹੁੰਦੀ ਮੇਰੀ ਦੋਸਤੋ ਦੀ ਸ਼ਾਦੀ ਹੋ ਗਈ ਜਿੰਨ ਕੋ ਨਹੀਂ ਪੜਾਇਆ ਫੈਮਲੀ ਨੇ ਅਬ ਉਹ ਸਸੁਰਾਲ ਹੈ ਉਹਨਾਂ ਦੇ ਬੱਚੇ ਹੋ ਗਏ ਤੋ ਲਾਈਫ ਮੇਰੀ ਵੀ ਕੋਈ ਉਪਯੋਗਤੀ ਮਰ ਉਹ ਕਿ ਆਪੜਾ ਤਾ ਮਰਾ ਬਾ ਮਾ ਬਾਪ ਖੇਤੀ ਕੀ ਕੰਮ ਕਰਵਾਤੇ ਤੇ ਘਾਸ ਗੋਸ ਲਿਆਤੇ ਤੇ ਇਹ ਕੰਮ ਕਰਤਾ ਰੋਟੀ ਪਾਣੀ ਬਣਾਤੇ ਖਾਤੇ ਪੀਤੇ ਔਰ ਕਿਆ ਕਰਤੇ ਸ਼ਨੋ ਦੇਵੀ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਪਰ ਅੱਜ ਉਹਨਾਂ ਦੀ ਪੋਤੀ ਸਲੋਨੀ ਪਰਿਵਾਰ ਦੀ ਪਹਿਲੀ ਕੁੜੀ ਨੇ ਜੋ ਕਾਲਜ ਜਾ ਰਹੀ ਨੇ ਵਰਨਾ ਭਈ ਜਈਏ ਫਿਰ ਆਪਣੀ ਜਿੰਦਗੀ ਵੀ ਸੁਧਾਰੇ ਹਮਾਰੇ ਵੀ ਸੁਧਾਰੇ ਹਮ ਵੀ ਸੁਧਰ ਸਕਤੇ ਹੈ ਫਿਰ ਅਗੇ ਕਹੀਂ शादी शुदी हो भी आगे, आगे भी जाके सुधर जाए अपने किसके पैर फलाने की जरूरत ही नहीं है वो भी ज्योति थी जो अपनी बात नहीं कह पाती थी और वो भी जो आज मेरे अंदर इतना आत्मविश्वास आया और मैं चाहती हूँ कि मेरी तरह बाकी लड़कियां बने वो भी अपनी बात रख पाए वो भी कॉन्फिडेंस से अपने सपनों के बारे में अपनी पढ़ाई के बारे में बात रखे मुझे मेरी वो भी जिंदगी याद है जब मैं पढ़ाई करने जाती थी मेरे घर में क्या वैल्यू थी ਔਰ ਅੱਜ ਮੈਂ ਨੌਕਰੀ 'ਤੇ ਹੂੰ ਮuje ਅੱਜ ਉਹ ਵੀ ਜਿੰਦਗੀ ਪਤਾ ਚਲਦੀ ਹੈ ਕਿ ਮੇਰੀ ਅੱਜ ਕੀ ਵੈਲਿਊ ਹੈ ਘਰ ਮੇਂ ਪਰ ਜੋਤੀ ਦੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵਿੱਚ ਅਜੇ ਲੰਬਾ ਵਕਤ ਲੱਗੇਗਾ ਦੇਸ਼ ਦੀ ਰਾਜਧਾਨੀ ਤੋਂ ਸਿਰਫ 100 ਕਿਲੋਮੀਟਰ ਦੂਰ ਇਨਾ ਪਿੰਡਾਂ ਵਿੱਚ ਨੈਨਾਸਣੇ ਮਹਿਜ਼ 15 ਕੁੜੀਆਂ ਹੀ ਆਪਣੇ ਰਾਹ ਦੇ ਕੁਝ ਰੁੜਿਆਂ ਨੂੰ ਹਟਾ ਸਕੀਆਂ ਨੇ ਅਤੇ ਇਹ ਵੀ ਜਿਹੜੀ ਸੁਪਨਿਆਂ ਦੀ ਬੱਸ ਵਿੱਚ ਸਵਾਰ ਨੇ ਉਸ ਨੂੰ ਮੰਜ਼ਿਲ ਤੱਕ ਪਹੁੰਚਣ ਲਈ ਇੱਕ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਫੈਮਿਨਿਜ਼ਮ ਇਨ ਇੰਡੀਆ ਦੀ ਰਿਤਿਕਾ ਦੇ ਨਾਲ ਗੁਰਪ੍ਰੀਤ ਸੈਣੀ ਬੀਬੀਸੀ ਕਰਨਾਲ ਹਰਿਆਣਾ